मुख्यमंत्री दे यार झूठ गिरी च स्टार की टीवी की अखबार हर जगह झूठ प्रचार। ओ धोखेबाज कांग्रेसियो क्यों शर्मला ही है हुण तां बस करो यार। 15 दिनां च तीती गप आउंदे ने यार थोड़े गप्पां वाली तोप चन्नी जी बिलकुल ए लाइना राजा बड़िंग समेत आ सारे कांग्रेसियां ते ज्यादा ढुकदियां ने क्योंकि अज दा समां तां ए दस रहा है जिवें सारी कांग्रेस किसी ड्रामा स्कूल तो एक्टिंग सीख के आई होवे। 4 साल पंजाब दी लुट दा तमाशा हथ ते हथ रख के वेखदे रहे ते हुण चरणजीत चन्नी तो लैके राजा बड़िंग तक सारे कांग्रेसी भोला जिहा मूंह बनाई फिरदे ने जिवें उन्हां दा तां कोई कसूर ही नहीं जिवें इह तां सारे कैप्टन दे नौकर सी इन्हां नूं तां मन्ननी पई उहदी। ओ भाई विधायक सी तुसीं विधायक विधान सभा च सवाल पुछण ते पंजाब दे कम सवार नूं जांदे सी कि उहनूं सौंके मुड़दे रहे। होर तां छड्डो दिखावा तां एवें हो रिहा है ਜਿਵੇਂ ਇਨ੍ਹਾਂ ਵਰਗਾ ਇਮਾਨਦਾਰ ਤਾਂ ਪੰਜਾਬ ਚ ਕੋਈ ਜੰਮਿਆ ਹੀ ਨਾ ਹੋਵੇ ਪਰ ਇਹ ਉਹੀ ਲੋਕ ਨੇ ਜਿਹੜੇ 4 ਸਾਲ ਤੋਂ ਕੈਪਟਨ ਨੂੰ ਵਿਧਾਨ ਸਭਾ ਚ ਆਮ ਆਦਮੀ ਪਾਰਟੀ ਵੱਲੋਂ ਪੁੱਛੇ ਜਾਂਦੇ ਸਵਾਲਾਂ ਤੋਂ ਬਚਾਉਂਦੇ ਆ ਰਹੇ ਸੀ ਤੇ ਰਾਣਾ ਗੁਰਜੀਤ ਵਰਗੇ ਦਾਗੀ ਲੀਡਰਾਂ ਦੀ ਪੈਰਵਾਈ ਕਰਦੇ ਸੀ ਪਰ ਸੱਚ ਸਾਹਮਣੇ ਆਉਂਦਾ ਵੇਖ ਹੁਣ ਇਹਨਾਂ ਨੂੰ ਹੱਥਾਂ ਪੈਰਾਂ ਦੀ ਪੈ ਰਹੀ ਹੈ। ਉਹ ਬਸ ਕਰੋ ਯਾਰ ਕਿਉਂ ਮੂਰਖ ਬਣਾਇਆ ਹੈ ਰਹਿੰਦੇ 4 ਮਹੀਨਿਆਂ ਚ ਪਿਛਲੇ 4 ਸਾਲ ਲੋਕਾਂ ਨੂੰ ਭੁਲਾਉਣ ਨੂੰ ਫਿਰਦੇ ਹੋ ਬਤੌਰ ਕਾਂਗਰਸੀ ਮੰਤਰੀ ਤੁਹਾਡੀਆਂ ਵੀ ਜ਼ਿੰਮੇਵਾਰੀਆਂ ਬਣਦੀਆਂ ਸੀ ਕਿ ਨਹੀਂ ਬੇਅਦਬੀ ਕਰਜ਼ਾ ਮਾਫੀ ਬਰਗਾੜੀ ਗੋਲੀ ਕਾਂਡ ਨਸ਼ਾ ਮਾਫੀਆ ਤੇ ਹੋਰਨਾਂ ਮਸਲਿਆਂ ਤੇ ਸਵਾਲ ਚੁੱਕਣ ਦੀ ਹੁਣ ਐਵੇਂ ਪੱਲਾ ਝਾੜੀ ਜਾਂਦੇ ਹੋ ਸਾਰੇ ਕਾਸੇ ਤੋਂ। ਆ ਕੁਝ ਮਹੀਨੇ ਪਹਿਲਾਂ ਦਰਜੀ ਦੇ ਪੈਸੇ ਮੰਗਣ ਤੇ ਉਹਦੇ ਸਿਰ 'ਚ ਜੁੱਤੀਆਂ ਮਾਰਨ ਦੀਆਂ ਧਮਕੀਆਂ ਦੇਣ ਵਾਲਾ ਰਾਜਾ ਬੜਿੰਗ ਇਸ ਰਾਜੇ ਬੜਿੰਗ ਤੇ ਗੁੰਡਾਗਰਦੀ ਦੇ ਨਾ ਜਾਣੇ ਕਿੰਨੇ ਹੀ ਇਲਜ਼ਾਮ ਨੇ ਪਰ ਹੁਣ ਵੋਟਾਂ ਤੋਂ ਐਨ 2 ਮਹੀਨੇ ਪਹਿਲਾਂ ਸਤਾ ਸਵਿੱਤਰਾ ਬਣਿਆ ਫਿਰਦਾ ਤੇ ਬਸ ਅੱਡਿਆਂ 'ਚੋਂ ਲਿਫਾਫੇ ਚੁੱਕ ਕੇ ਐਵੇਂ ਦਿਖਾ ਰਿਹਾ ਕਿ ਮੇਰੇ ਵਰਗਾ ਟਰਾਂਸਪੋਰਟ ਮੰਤਰੀ ਦਾ ਪੰਜਾਬ 'ਚ ਪੈਦਾ ਹੀ ਨਹੀਂ ਹੋਇਆ। ਹੋਰ ਤਾਂ ਹੋਰ ਬੱਸ ਮਾਫੀਆ ਨੂੰ ਖਤਮ ਕਰਨ ਦੇ ਝੂਠੇ ਦਾਅਵੇ ਵੀ ਜ਼ੋਰ ਸ਼ੋਰ ਨਾਲ ਹੋ ਰਹੇ ਨੇ ਪਰ ਕੋਈ ਨਾ ਕੱਲੇ ਕੱਲੇ ਦਾ ਕੱਚਾ ਚਿੱਠਾ ਦੱਸਾਂਗੇ ਬੜਿੰਗ ਦੀ ਕੀ ਸੱਚਾਈ ਹੈ ਆਜੋ ਦੱਸਦੇ ਆ। ਮੋਦੀ ਵਾਂਗ ਆਪਦੀ ਪਿੱਠਾ ਆਪ ਥਾਪੜਦੇ ਫਿਰਦੇ ਬੜਿੰਗ ਸਾਹਿਬ ਦਾਅਵਾ ਕਰਦੇ ਨੇ ਕਿ ਟਰਾਂਸਪੋਰਟ ਮਾਫੀਆ ਖਤਮ ਕਰਕੇ ਪੰਜਾਬ ਨੂੰ ਮੈਂ 53 ਲੱਖ ਪ੍ਰਤੀ ਦਿਨ ਦਾ ਫਾਇਦਾ ਦੇ ਦਿੱਤਾ ਏ ਬੱਲੇ ਉਹ ਤੁਹਾਡੇ ਵੱਡੇ ਲੀਡਰਾਂ ਦੇ ਪੰਜਾਬ 'ਚ ਬਸ 53 ਲੱਖ ਦਾ ਹੀ ਬੱਸ ਮਾਫੀਆ ਸੀ ਬਾਦਲਾਂ ਤੇ ਕਾਰਵਾਈ ਕਰਨੀ ਕਿਉਂ ਭੁੱਲੇ ਬੈਠੇ ਹੋ। ਦਰਅਸਲ ਰਾਜਾ ਬੜਿੰਗ ਦੇ ਇਨ੍ਹਾਂ ਝੂਠਾਂ ਨੂੰ ਹੀ ਹੁਣ ਆਮ ਆਦਮੀ ਪਾਰਟੀ ਦੇ ਸੀਨੀਅਰ ਬੁਲਾਰੇ ਐਡਵੋਕੇਟ ਦਿਨੇਸ਼ ਚੱਡਾ ਨੇ ਜੱਗ ਜ਼ਾਹਿਰ ਕਰ ਦਿੱਤਾ ਹੈ। ਦਿਨੇਸ਼ ਚੱਡਾ ਨੇ ਆਮ ਆਦਮੀ ਪਾਰਟੀ ਵੱਲੋਂ ਜਾਰੀ ਇੱਕ ਬਿਆਨ 'ਚ ਕਿਹਾ ਕਿ ਪੰਜਾਬ 'ਚ 258 ਬੱਸਾਂ ਨੂੰ ਬੰਦ ਕਰਕੇ ਟਰਾਂਸਪੋਰਟ ਮਾਫੀਆ ਦੇ ਸਫਾਏ ਦਾ ਦਾਅਵਾ ਕਰਨ ਵਾਲੇ ਬੜਿੰਗ ਸਾਹਿਬ ਨੇ ਛੋਟੀਆਂ ਮੱਛੀਆਂ ਫੜ ਕੇ ਹੀ ਖੁਦ ਨੂੰ ਕਾਮਯਾਬ ਮੰਤਰੀ ਹੋਣ ਦਾ ਟੈਗ ਦੇ ਦਿੱਤਾ ਹੈ ਜਦੋਂ ਕਿ ਬਾਦਲਾਂ ਦੀਆਂ ਹਜ਼ਾਰਾਂ ਬੱਸਾਂ ਅਜੇ ਵੀ ਸੜਕਾਂ ਤੇ ਦੌੜ ਰਹੀਆਂ ਨੇ। ਉਨ੍ਹਾਂ ਦੱਸਿਆ ਕਿ ਟਰਾਂਸਪੋਰਟ ਮਾਫੀਆ ਦਾ 90% ਸ਼ੇਅਰ ਤਾਂ ਬਾਦਲਾਂ ਕੋਲ ਹੀ ਹੈ ਜਿਨ੍ਹਾਂ ਤੇ ਕਾਰਵਾਈ ਕਰਨ ਦੀ ਹਿੰਮਤ ਨਾ ਤਾਂ ਪੁਰਾਣੀ ਟਰਾਂਸਪੋਰਟ ਮੰਤਰੀ ਰਜੀਆ ਸੁਲਤਾਨਾ 'ਚ ਸੀ ਤੇ ਨਾ ਹੀ ਰਾਜਾ ਬੜਿੰਗ 'ਚ ਹੈ। ਨਾਲ ਹੀ ਨਾਲ ਚੱਡਾ ਨੇ ਕਿਹਾ ਕਿ ਜੇਕਰ ਬੜਿੰਗ ਸਾਹਿਬ ਨੂੰ ਪਿਛਲੇ 4 ਸਾਲ ਦੀ ਕਾਰਗੁਜ਼ਾਰੀ ਦਾ ਏਡਾ ਹੀ ਪਛਤਾਵਾ ਹੈ ਤਾਂ ਪੁਰਾਣੀ ਟਰਾਂਸਪੋਰਟ ਮੰਤਰੀ ਰਜੀਆ ਸੁਲਤਾਨਾ ਤੇ ਉਹ ਕਾਰਵਾਈ ਕਿਉਂ ਨਹੀਂ ਕਰ ਰਹੇ ਜਿਨ੍ਹਾਂ ਨੇ ਸਰਿਆਮ ਬਾਦਲਾਂ ਦੀਆਂ ਨਜਾਇਜ਼ ਬੱਸਾਂ ਨੂੰ ਚੱਲਣ ਦਿੱਤਾ। ਚੱਡਾ ਨੇ ਹੈਰਾਨੀਜਨਕ ਖੁਲਾਸੇ ਕਰਦੇ ਦੱਸਿਆ ਕਿ 90 ਦੇ ਦਹਾਕੇ 'ਚ ਸਰਕਾਰੀ ਤੇ ਪ੍ਰਾਈਵੇਟ ਬੱਸਾਂ ਦਾ ਕੋਟਾ 50-50% ਸੀ ਪਰ ਉਸ ਤੋਂ ਬਾਅਦ ਅਕਾਲੀ ਕਾਂਗਰਸੀ ਸਰਕਾਰਾਂ ਨੇ ਪ੍ਰਾਈਵੇਟ ਬੱਸਾਂ ਦੇ ਕੋਟੇ ਨੂੰ 5-5 ਗੁਣਾ ਵਧਾਇਆ ਤੇ ਨਾਲ ਹੀ ਨਾਲ 10-10 ਵਾਰ ਗੈਰ ਕਾਨੂੰਨੀ ਤਰੀਕੇ ਨਾਲ ਪਰਮਿਟ ਵੀ ਵਧਾਏ। ਆਰਬਿਟ ਬੱਸ ਦਾ ਪਰਮਿਟ ਹੈ ਇਹ ਮੁਕਤਸਰ ਸਾਹਿਬ ਤੋਂ ਮਲੌਟ ਦਾ ਪਰਮਿਟ ਸੀ 32 ਕਿਲੋਮੀਟਰ ਦਾ ਹੁਣ ਨਵਾਂ ਪਰਮਿਟ ਤਾਂ ਜਾਰੀ ਨਹੀਂ ਹੋ ਸਕਦਾ ਸੀਗਾ ਔਰ ਇਹਦੇ 'ਚ ਕਰੀਬ 5 ਵਾਰ ਵਾਧੇ ਕਰਕੇ ਇਹ ਪਰਮਿਟ 32 ਕਿਲੋਮੀਟਰ ਤੋਂ ਵਧਾ ਕੇ 147 ਕਿਲੋਮੀਟਰ ਦਾ ਕਰ ਦਿੱਤਾ ਗਿਆ ਔਰ ਜਿਹੜਾ ਇਹ ਬਾਘਾ ਪੁਰਾਣਾ ਤੱਕ ਪਹੁੰਚ ਗਿਆ। ਇਸੇ ਤਰ੍ਹਾਂ ਹੋਰ ਅਜਿਹੇ ਪਰਮਿਟ ਆਰਬਿਟ ਬੱਸ ਦੇ ਵੀ ਹੈਗੇ ਆ ਜਿਹਦੇ ਵਿੱਚ 10-10 ਵਾਰ ਵਾਧੇ ਹੋਏ ਆਰਬਿਟ ਤੋਂ ਬਿਨਾਂ। ਆ ਨਿਊ ਦੀਪ ਬੱਸ ਦੇ ਪਰਮਿਟ ਹੈ ਨਿਊ ਦੀਪ ਦਾ ਇੱਕ ਪਰਮਿਟ ਸੀਗਾ ਜੈਤੋਂ ਤੋਂ ਗਿੱਦੜਵਾਹਾ ਇੱਕ ਟ੍ਰਿਪ ਸੀਗਾ ਇਹਦਾ ਇਹਨੂੰ ਵਧਾ ਕੇ ਤੇ ਟ੍ਰਿਪ ਵੀ ਵਧਾ ਤੇ ਕਿਲੋਮੀਟਰ ਵੀ ਵਧਾ ਤੇ ਇਹ 50 ਕਿਲੋਮੀਟਰ ਤੋਂ ਵਧਾ ਕੇ 328 ਕਿਲੋਮੀਟਰ ਕਰ ਦਿੱਤਾ ਗਿਆ। ਇਸੇ ਤਰ੍ਹਾਂ ਪ੍ਰਿੰਸ ਹਾਈਵੇਜ਼ ਦੇ ਐਸੇ ਪਰਮਿਟ ਹੈ ਜਿਹੜੇ 23 ਕਿਲੋਮੀਟਰ ਤੋਂ ਵੱਧ ਕੇ 99 ਕਿਲੋਮੀਟਰ ਤੱਕ ਹੋ ਗਏ 22 ਕਿਲੋਮੀਟਰ ਤੋਂ ਵੱਧ ਕੇ 99 ਕਿਲੋਮੀਟਰ ਤੱਕ ਹੋ ਗਏ। ਤਾਜ ਟਰੈਵਲ ਜਿਹਦਾ ਨਾਮ ਅੱਜ ਰਾਜਾ ਬੜਿੰਗ ਸਾਹਿਬ ਨੇ ਆਪ ਲਿਆ ਤਾਜ ਟਰੈਵਲ ਦੇ ਐਸੇ ਪਰਮਿਟ ਹੈ ਜਿਹੜੇ 30 ਕਿਲੋਮੀਟਰ ਤੋਂ ਵੱਧ ਕੇ 83 ਕਿਲੋਮੀਟਰ ਤੱਕ ਹੋ ਗਏ ਔਰ ਰਾਜਧਾਨੀ ਦੇ ਐਸੇ ਪਰਮਿਟ ਹੈ ਜਿਨ੍ਹਾਂ ਦੇ ਰੋਜ਼ ਦੇ ਕਿਲੋਮੀਟਰ 46 ਕਿਲੋਮੀਟਰ ਤੋਂ ਵੱਧ ਕੇ 330 ਕਿਲੋਮੀਟਰ ਤੱਕ ਹੋ ਗਏ। ਰਾਜਾ ਬੜਿੰਗ ਸਾਹਿਬ ਨੇ ਟੈਕਸ ਦੀ ਰਿਕਵਰੀ ਦੀ ਗੱਲ ਕੀਤੀ ਹੈ ਸਾਡਾ ਇਹ ਵੀ ਸਵਾਲ ਹੈ ਕਿ ਇਹ ਵੀ ਦੱਸ ਦਿਓ ਕਿ ਜਿਹੜੀਆਂ ਕਾਂਗਰਸੀਆਂ ਦੀਆਂ ਟਰਾਂਸਪੋਰਟਾਂ ਹੈ ਕਾਂਗਰਸੀਆਂ ਦੀਆਂ ਟਰਾਂਸਪੋਰਟ ਫਰਮਾਂ ਹੈ ਕਰਤਾਰ ਬੱਸ ਗ੍ਰੀਨ ਰੋਡਵੇਜ਼ ਰਘੂ ਰਾਜ ਉਹਨਾਂ ਦੇ ਕਿੰਨੇ ਜਿਹੜੇ ਟੈਕਸ ਦੇ ਬਕਾਏ ਤੁਹਾਡੇ ਵੱਲ ਖੜੇ ਹੈ ਉਹਨਾਂ ਦੇ ਕੀ ਇਹਨਾਂ ਕਾਂਗਰਸੀਆਂ ਦੀਆਂ ਫਰਮਾਂ ਦੇ ਕਰੋੜਾਂ ਰੁਪਈਏ ਦੇ ਟੈਕਸ ਦੇ ਬਕਾਏ ਤੁਹਾਡੇ ਵੱਲ ਖੜੇ ਨਹੀਂ ਹੈ। ਤੁਸੀਂ ਸਿਰਫ ਅੰਕੜਿਆਂ ਦਾ ਖੇਡ ਖੇਲ ਕੇ ਜਿਹੜਾ ਪੰਜਾਬ ਦੇ ਲੋਕਾਂ ਨੂੰ
गुमराह नहीं कर सकते। तुहानू इत्थे दस दईए कि मानजोग हाई कोर्ट ने भी मन्निया है कि प्राइवेट बसां नू फायदा देण लई दित्ते सारे परमिट गैर कानूनी ने, जिन्हां ते कारवाई होना जरूरी है। ते नाल ही नाल बादलां दी ऑर्बिट बस कंपनी ते न्यू दीप दे नजायज बस परमिटां दी सूची सबूत दे तौर ते एडवोकेट दिनेश चड्डा वल्लों ट्रांसपोर्ट मंत्री राजा बड़िंग नू भी भेजी गई सी, पर बड़िंग साहब ने ना कोई जवाब दिता ते ना ही कोई कारवाई कीती। बस बाकी कांग्रेसी लीडरां वांग बड़िंग साहब भी बार बार बादलां दीआं जाली बसां होण दी गल प्रेस कॉन्फ्रेंस च दसी जांदे ने, जिसका पूरे पंजाब नू मुद्दतां तों पता है। पर परमिट रद्द कदों करोंगे इसकी समा सीमा कोई नहीं दसदा, महीने तां दो बाकी ने। बाद च बड़िंग साहब बहाना लाउणगे वी भाई टाइम घट सी मेरे कोल, अगली बार मंत्री दी पदवी दे दिओ उदों सारे काम होणगे। 15,000 करोड़ दा घटाला अकालिया कांग्रसिया ने पंजाब दे खजाने दे उपर पिछले 15 साल दे विच 15,000 करोड़ दा डाका मारिया। पंजाब दे खजाने नाल ठगी बज रही है, तां पंजाब दे बच्चे बच्चे नूं पता। वह ठगी अकाली कांग्रेस ही मार रहा है, यह भी पंजाब दे बच्चे बच्चे नूं पता। पर बड़िंग साहब तुसीं कार्रवाई की कीती है? तुसीं कहिंदे कि जिहड़ी कैप्टन अमरिंदर सिंह जी ने 4.5 साल राज कीता उहदे ते भी मैं पश्चाताप करदा, पर उस समय दौरान जिहड़े ट्रांसपोर्ट दे मंत्री रहे ने वह दोवें ट्रांसपोर्ट दे मंत्री, चाहे वह मैडम रजिया सुल्ताना जी ने चाहे वह मैडम अरुणा चौधरी जी ने, वह अज भी तुहाडी सरकार दे विच मंत्री ने। की राजा बड़िंग जी अपनी पार्टी नूं कह के इन्हां दोवें मंत्रियों के अस्तीफे लैणगे? राजा बड़िंग साहब, यह 1,000 करोड़ की ठगी का पंजाबियों नूं पता है, ये दसना थोड़ी कोई प्राप्ति नहीं है। तुसीं ये दसो कि तुसीं कार्रवाई की कर रहे हो उन्हां तमाम जिम्मेवार अफसरां दे उपर और सियासी लीडरां दे उपर, इन्हां मंत्रियों के उपर। कि तुसीं अज ही इन्हां दे उपर परचा दर्ज करवा रहे हो? कि इन्हां तों अज ही अस्तीफे दवा रहे हैं मंत्रिमंडल दे विचों? ते कई कहणगे जिहड़ा काम करदा है ਉਹਨੂੰ ਕਰਨ ਦਿਓ, ਕੰਮ ਕਰਨ ਨੂੰ ਅਸੀਂ ਕਿਹੜਾ ਬੜਿੰਗ ਸਾਹਿਬ ਦੇ ਹੱਥ ਪੈਰ ਬੰਨੇ ਆ। ਪਰ ਦਿਖਾਵੇ ਲਈ ਕੀਤੇ ਛੋਟੇ ਮੋਟੇ ਕੰਮ ਤੇ ਸੱਚੀ ਨੀਅਤ ਨਾਲ ਕੀਤੇ ਗਏ ਕੰਮ 'ਚ ਫਰਕ ਹੁੰਦਾ। ਜੇ ਨੀਅਤ ਸਾਫ਼ ਹੋਵੇ ਤਾਂ ਬਾਦਲਾਂ ਦੀਆਂ ਬੱਸਾਂ 4 ਸਾਲ ਪਹਿਲਾਂ ਹੀ ਬੰਦ ਹੋ ਗਈਆਂ ਹੁੰਦੀਆਂ। ਪਰ 4.5 ਸਾਲ ਦੀ ਕਾਰਗੁਜ਼ਾਰੀ ਦਾ ਇਲਜ਼ਾਮ ਕੈਪਟਨ ਸਿਰ ਮੜ ਕੇ ਕਾਂਗਰਸੀ ਆਪਣੇ ਪਾਪ ਧੋਣ ਨੂੰ ਫਿਰਦੇ ਨੇ। ਪਰ ਐਂ ਧੋਤੇ ਨਹੀਂ ਜਾਣੇ, ਜਾਂ ਤਾਂ ਹੁਣ ਪੁਰਾਣੇ ਮੰਤਰੀਆਂ ਤੇ ਕਾਰਵਾਈ ਕਰੋ ਜਿਨ੍ਹਾਂ ਨੇ ਪੰਜਾਬ ਨਾਲ ਧਰੋਹ ਕਮਾਏ, ਨਹੀਂ ਤਾਂ ਝੂਠ ਪ੍ਰਚਾਰ ਤਾਂ ਤੁਸੀਂ 4 ਸਾਲ ਤੋਂ ਕਰ ਹੀ ਰਹੇ ਹੋ। ਉਹ ਕਰਦੇ ਰਹੋ, ਕਿਉਂਕਿ ਇਸ ਦਾ ਮੈਡਲ 2022 ਦੀਆਂ ਵੋਟਾਂ 'ਚ ਲੋਕ ਤੁਹਾਡੇ ਗਲਾਂ 'ਚ ਜ਼ਮਾਨਤਾਂ ਜ਼ਬਤ ਕਰਵਾ ਕੇ ਪਾਉਣਗੇ। ਤੇ ਵੈਸੇ ਵੀ ਵਿਰੋਧੀ ਧਿਰ ਦੇ ਕਿਸੇ ਇੱਕ ਸਵਾਲ ਦਾ ਜਵਾਬ ਤਾਂ ਤੁਹਾਡੇ ਤੋਂ ਵਿਧਾਨ ਸਭਾ 'ਚ ਚੱਜ ਨਾਲ ਦਿੱਤਾ ਹੀ ਨਹੀਂ ਗਿਆ। ਉਦੋਂ ਤਾਂ ਤੁਹਾਡਾ ਹਰੇਕ ਵਿਧਾਇਕ ਕੈਪਟਨ ਦੀ ਵਕਾਲਤ ਇੱਕ ਦੂਜੇ ਤੋਂ ਮੂਹਰੇ ਆ ਕਰਦਾ ਸੀ। ਪੰਜਾਬੀਓ, ਧਿਆਨ ਰੱਖਿਓ, ਜਿਵੇਂ ਹਾਥੀ ਦੇ ਦੰਦ ਦਿਖਾਉਣ ਦੇ ਹੋਰ ਤੇ ਖਾਣ ਦੇ ਹੋਰ ਆ, ਉਵੇਂ ਇਨ੍ਹਾਂ ਦੇ ਆਖਰੀ 4 ਮਹੀਨੇ ਵੀ ਹਾਥੀ ਦੇ ਬਾਹਰ ਨਿਕਲੇ ਦੰਦਾਂ ਵਰਗੇ ਨੇ। ਊਂ ਤਾਂ ਇਨ੍ਹਾਂ ਦੀਆਂ ਅੰਦਰ ਖਾਤੇ ਕੀਤੀਆਂ ਪੁਰਾਣੀਆਂ ਕਰਤੂਤਾਂ ਤੁਸੀਂ ਜਾਣਦੇ ਹੀ ਹੋ। ਬਿਊਰੋ ਰਿਪੋਰਟ, ਚੰਡੀਗੜ੍ਹ।